अस्सलामु अलैकुम। बाबा जी खैरियत है? करम तबीयत से शुक्रिया। असी अज आए हुए हैं 88 चक दे विच। ए 88 चक के सामने है सड़कों पार दिल्ली मुल्तान रोड, जेड़ा के आजकल मुल्तान बिहाड़ी रोड है। उस रोड ते एक 88 चक है। ते उस 88 चक दी एक बुजुर्ग शख्सियत जेड़ी चढ़दे पंजाब तो लहंदे पंजाब आए ने, उन्हां दा नाम सैयद मोहम्मद असलम साहब। मीरा चक सैयदा तो आए ने, ते इत्थे आके फिर आबादकारी हुई, आबाद हो गए। ते अज जरा उन्हां नाल गपशप लाने आ, ते उम्मीद है तुसी इस महफल नूं इंजॉय करोगे। और बाबा जी खैरियत है? हाजी कर तबीयत से नजार। अपना सब तो पहले ते प्यारियां नूं जिहड़े देखण वाले ने दर्शक ने इन्हां नूं अपना नाम दस्सिओ सिद्धा नाम। मेरा नाम जी सैयद असलम अली साहब, मैं मीरा चक सैयदा तहसील जिला अमृतसर का रहायशी है जी। सैंती की मेरी पैदाइश है। मैं अकालगढ़ टपिया सरदारा का पिंड थी, उत्थे मैं प्राइमरी पास की है। बाकी फिर 1947 दे विच मौदिया खलजिया बहुत वड्डा काफला बनिया सीगा, उत्थे असी लेट इत्थे पाकिस्तान दे विच बड़ा तक कसूर पहुंचे। हरियाणा पढ़ाना पिंड हुंदा सीगा मुसलमाना का, उत्थे असी इत्थे इस पाकिस्तान दे विच आए हां। फिर सानू मुल्तान आ गए, मुल्तान आया आख्या भी इत्थे तहसील मैलती दे विच जगह है जो उत्थे तुसीं चले जाओ। इत्थे चक 88 WB दे विच जनाब असीं इत्थे हाजिर हो गए। साढ़े मेरे वालद साहब भी सी, दादा साहब भी सी, वालदा साहब भी सी। ਤੁਹਾਡੀ ਬਾਬਾ ਜੀ ਉਦੋਂ ਉਮਰ ਕਿੰਨੀ ਸੀ? ਤਕਰੀਬਨ 9-10 ਸਾਲ ਦੀ ਉਮਰ। ਅੱਛਾ, ਤੇ ਤੁਸੀਂ ਇਹਦਾ ਮਤਲਬ ਉੱਥੇ ਜਿਹੜੀ ਉਹ ਵੰਡ ਜਦੋਂ ਸ਼ੁਰੂ ਹੋਈ ਆ ਉਸ ਵਾਕਿਆ ਤੋਂ ਸਾਰੇ ਤੁਸੀਂ ਵਾਕਫ ਹੋ, ਮੁਸ਼ਾਹਦਾ ਕੀਤਾ? ਮੈਂ ਕਾਫੀ ਮੁਸ਼ਾਹਦਾ। ਅੱਛਾ, ਤੇ ਉੱਥੇ ਪੜ੍ਹਦੇ ਵੀ ਰਹੇ ਹੋ ਤੁਸੀਂ? ਹਾਂ, ਅਕਾਲਗੜ੍ਹ ਪਈਆਂ ਸੀ ਸਰਦਾਰਾ ਦਾ ਪਿੰਡ ਸਾਡੇ ਨਾਲ ਜੀ ਜੀ। ਉੱਥੇ ਮੈਂ ਜਿਹੜਾ ਨਾ ਚੌਥੀ ਜਮਾਤ ਪਾਸ ਕੀਤੀ। ਅੱਛਾ, ਇਸੇ ਸਾਲ 47 ਜੀ। ਮਾਸਟਰ ਕਰਤਾਰ ਸਿੰਘ ਸਾਹਿਬ ਹੁੰਦੇ ਸੀ ਹੈੱਡ ਮਾਸਟਰ ਉੱਥੇ ਦੇ ਗਏ। ਅੱਛਾ, ਉੱਥੋਂ ਦੇ ਜਿਹੜੇ ਉਸੇ ਪਿੰਡ ਦੇ ਸੀਗੇ? ਇਹ ਨਹੀਂ ਮੈਨੂੰ ਪਤਾ, ਯਾਨੀ ਹੈੱਡ ਮਾਸਟਰ ਸੀਗੇ ਕਰਤਾਰ ਸਿੰਘ ਸਾਹਿਬ। ਸਾਡੇ ਜਿਹੜੇ ਉਸਤਾਦ ਸੀ ਉਹ ਰਾਮ ਲਾਲ ਸਾਹਿਬ ਹੁੰਦੇ ਸੀ, ਬ੍ਰਹਮਣ, ਬਹੁਤ ਅੱਛੇ ਆਦਮੀ। ਅੱਛਾ, ਬ੍ਰਹਮਣ ਸੀਗੇ ਤੇ ਰਾਮ ਲਾਲ ਸਾਹਿਬ ਸੀ? ਰਾਮ ਲਾਲ ਸਾਹਿਬ ਜਿਹੜੇ ਸੀ ਉਹ ਪਹਿਲੀ ਤੋਂ ਚੌਥੀ ਤੱਕ ਸਨ, ਉਹ ਵੀ ਪੜ੍ਹਾਉਂਦੇ ਆ ਜੀ ਜੀ। ਹੈੱਡ ਮਾਸਟਰ मतलब ਤੁਸੀਂ ਰਹਿੰਦੇ ਹੋਣੇ ਆ ਤੇ ਤੁਹਾਡੇ ਕੋਈ ਯਾਰ ਬੇਲੀ ਛੋਟੇ ਉਸ ਸਕੂਲ ਟਾਈਮ ਦੇ ਜਾਂ ਕੋਈ ਆਪਣੇ ਆਂਢ ਗੁਆਂਢ ਕੋਈ ਦੋਸਤ ਸੰਗੀ ਸਾਥੀ? ਮੈਨੂੰ ਨਾ ਭੁੱਲੇ ਹੈਗੇ ਆ ਜੀ, ਵੀ ਬਾਹਮਣਾਂ ਦੇ ਵੀ ਲੜਕੇ ਸੀਗੇ, ਸਰਦਾਰਾਂ ਦੇ ਵੀ ਲੜਕੇ ਸੀ। ਅੱਛਾ, ਪਿੰਡ ਅਕਾਲਗੜ੍ਹ ਪਈਆਂ ਪਿੰਡ ਸੀਗਾ ਜੀ, ਉੱਥੇ ਸਕੂਲ ਸੀਗਾ। ਅੱਛਾ, ਉਹ ਸਕੂਲ ਚ ਜਾਂਦੇ ਹੁੰਦੇ? ਹਾਂ, ਸਰਦਾਰਾਂ ਦਾ ਪਿੰਡ ਸੀਗਾ, ਬੜੇ ਅੱਛਾ ਪਿੰਡ ਸੀਗਾ। ਤੁਸੀਂ ਆਪਣਾ ਇੱਥੋਂ ਜਾਂਦੇ ਹੁੰਦੇ ਸੀਗੇ, ਕਿੰਨਾ ਕੁ ਫਾਸਲਾ ਸੀਗਾ? ਸਾਡੇ ਕੋਲ ਤਕਰੀਬਨ 1.5 ਕਿਲੋਮੀਟਰ ਸੀਗਾ। ਅੱਛਾ, 1.5 ਕਿਲੋਮੀਟਰ ਸੀ। ਇਹਦੇ ਵਿੱਚ ਅਗਰ ਦੇਖਿਆ ਜਾਵੇ ਤੇ 1.5 ਕਿਲੋਮੀਟਰ ਦੇ ਰਾਊਂਡ ਬਾਊਟ ਤੁਸੀਂ ਉਹ ਸਫ਼ਰ ਕਰਕੇ ਸਕੂਲ ਜਾਂਦੇ ਸੀ। ਸਕੂਲ ਦੇ ਵਿੱਚ ਫਿਰ ਤੁਸੀਂ ਮਤਲਬ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਦੌਰ 'ਚ ਸਕੂਲਿੰਗ ਹੁੰਦੀ ਹੈ, ਸਕੂਲਿੰਗ ਟਾਈਮ ਉਦੋਂ ਵੀ ਇਸੇ ਤਰ੍ਹਾਂ ਸੀਗਾ ਜਾਂ ਉਦੋਂ ਮੁਖਤਲਿਫ ਹੁੰਦਾ ਸੀ? ਨਹੀਂ, ਇਹੋ ਟਾਈਮ ਸੀ, ਇਸੇ ਤਰ੍ਹਾਂ ਹੀ ਫੇਲ ਪਾਸ ਬੱਚੇ ਹੁੰਦੇ ਸੀ। ਅੱਛਾ, ਹੁਣ ਤੇ ਕਈ ਤਬਦੀਲੀਆਂ ਆਈਆਂ ਨਾ ਸਾਡੇ ਪਾਕਿਸਤਾਨ ਦੇ ਵਿੱਚ। ਜੀ ਜੀ, ਤੇ ਉੱਥੇ ਜਿਹੜਾ ਸੀਗਾ ਚੌਥੀ ਜਮਾਤ ਦੇ ਵਿੱਚ ਹੀ ਪ੍ਰਾਇਮਰੀ ਪਾਸ ਹੁੰਦਾ। ਅੱਛਾ ਜੀ, ਫਿਰ ਅੱਜ ਮਿਡਲ ਰਸਤਾ ਜਿਹੜਾ ਚੱਲ। ਠੀਕ ਹੈ। ਅੱਛਾ, ਫਿਰ ਉੱਥੇ ਰਹਿੰਦੇ ਸੀ ਆਂਢ ਗੁਆਂਢ ਤੁਹਾਡੇ ਮਤਲਬ ਸਰਦਾਰ ਹੈ ਸੀਗੇ ਜਾਂ ਸਾਰਾ ਮੁਸਲਮਾਨਾਂ ਦਾ ਪਿੰਡ ਸੀ? ਸਾਡਾ ਪਿੰਡ ਜਿਹੜਾ ਮੀਰਾ ਤੇ ਸੈਜਾ ਸੀ ਜੀ, ਇਹ ਸਾਰੇ ਸੈਜਰ ਸੀ। ਅੱਛਾ, ਸਾਰੇ ਸੈਜਰ ਸੀਗੇ। ਠੀਕ ਹੈ, ਸਾਰੇ ਸੈਜਰ। ਠੀਕ,
ਤੇ ਜਿਹੜਾ ਅਕਾਲਗੜ੍ਹ ਪਈਆਂ ਇਹ ਸਰਦਾਰ ਆਪਣੇ ਸੀਗਾ। ਅੱਛਾ, ਉਹ ਪਿੰਡ ਦੇ ਵਿੱਚ ਵੀ ਤੁਸੀਂ ਮਤਲਬ ਦੇਖਿਆ, ਮਤਲਬ ਜਾਣ ਪਛਾਣ ਹੈ ਸੀ ਜਾਂ ਜਸਟ ਸਕੂਲ ਤੱਕ ਹੀ ਸੀ ਸਿਰਫ? ਹਾਂਜੀ, ਉਹਦੇ ਜਿਹੜਾ ਪ੍ਰਾਇਮਰੀ ਸਕੂਲ ਸੀਗਾ ਉਹ ਅਕਾਲਗੜ੍ਹ ਪਈਆਂ ਦੇ ਵਿੱਚ ਸੀਗਾ। ਅੱਛਾ ਜੀ। ਤੇ ਜਿਹੜਾ ਮਿਡਲ ਹਿੱਸਾ ਬਾਅਦ ਬਣਾਇਆ ਨਾ, ਉਹ ਉੱਥੋਂ ਕੋਈ ਮਗਰਬ ਦੀ ਢਾਈ ਮੁਰੱਬੇ ਚ ਉਸੀ ਰਕਮਾ ਲੈ ਕੇ ਨਾ, ਉਹ ਫਿਰ ਉੱਥੇ ਉਹਨਾਂ ਨੇ ਸਕੂਲ ਮਿਡਲ ਬਣਾਇਆ। ਅੱਛਾ, ਉਹ ਮਿਡਲ ਹਿੱਸਾ ਸੀਗਾ। ਤੇ ਉਸ ਟਾਈਮ ਦਾ ਕੋਈ ਤੁਹਾਡਾ ਕੋਈ ਸੱਜਣ ਮੇਰੀ ਨਹੀਂ ਜਿਹੜਾ ਕੋਈ ਤੁਹਾਨੂੰ ਯਾਦ ਹੋਵੇ, ਜਿਹੜੇ ਜਿਹਦੇ ਨਾਲ ਜ਼ਿਆਦਾ ਬਹਿਣ ਉੱਠਣ ਸੀ ਜਾਂ ਕੋਈ ਗੱਪ ਸ਼ੱਪ ਸੀ? ਇਹ ਕਿਉਂਕਿ ਸਰਦਾਰ ਅਕਾਲਗੜ੍ਹ ਪਈਆਂ ਦਾ ਸੀਗਾ ਅਕਾਲ ਸਿੰਘ। ਅੱਛਾ, ਅਕਾਲ ਸਿੰਘ, ਉਹ ਮੇਰਾ ਬੇਦੀ ਸੀਗਾ। ਅੱਛਾ ਜੀ। ਅਸੀਂ ਪੜ੍ਹਦੇ ਸਾਂ ਜੀ ਕਿ ਦੋ ਬਾਹਮਣਾਂ ਦੇ ਲੜਕੇ ਸੀ, ਉਹਨਾਂ ਦੇ ਨਾਂ ਯਾਦ। ਅੱਛਾ, ਉਹ ਵੀ ਤੁਹਾਡੇ ਬੇਦੀ ਸੀ? ਉਹ ਵੀ ਮੇਰੇ। ਠੀਕ ਹੋ ਗਿਆ। ਅੱਛਾ, ਫਿਰ ਕਿਵੇਂ ਵੰਡ ਦੀ ਕਹਾਣੀ ਸੁਣੀ ਤੇ ਕਿਵੇਂ ਉਹ ਮਤਲਬ ਬੀਤੀ ਜਿਹੜੀ ਇੱਧਰ ਨੂੰ ਟੁਰਨਾ ਪਿਆ ਸਾਨੂੰ? ਉਹਦੀ ਫਿਰ ਜਦੋਂ ਪਤਾ ਲੱਗ ਗਿਆ ਨਾ, ਤੇ ਅਸੀਂ ਸਾਰੇ ਸਹੀ ਸੀ, ਅਸੀਂ ਆਂਦੇ ਸਭ ਅੰਮ੍ਰਿਤਸਰ ਜਿਹੜਾ ਨਾ ਇਹ ਸ਼ਾਇਦ ਪਾਕਿਸਤਾਨ ਦਾ ਹਿੱਸਾ। ਅੱਛਾ ਜੀ। ਤੇ ਅਸੀਂ ਡਟੇ ਰਹੇ, ਬੈਠੇ ਰਹੇ, ਉਹ ਸਾਨੂੰ ਉਦੋਂ ਪਤਾ ਲੱਗਾ ਵੀ ਇਹ ਅੰਮ੍ਰਿਤਸਰ ਜਿਹੜਾ ਇਹ ਇੰਡੀਆ ਚ ਆ ਗਿਆ। ਫਿਰ ਸਾਰੇ ਜਿਉਂ ਹਮਲਾ ਕੀਤਾ ਉਹਨਾਂ ਨੇ, ਉਹਦੇ ਵਿੱਚ ਸਾਡੇ ਸੱਤ ਅੱਠ ਬੰਦੇ ਸ਼ਹੀਦ ਵੀ ਹੋਏ ਉਸ ਹਮਲੇ ਦੇ। ਸਿੱਖਾਂ ਨੇ। ਉਹ ਸਾਡੀ ਜਿਹੜੀ ਆਰਮੀ ਸੀ ਉਹਨਾਂ ਨੂੰ ਪਤਾ ਲੱਗਾ, ਉਹ ਜਿਹੜਾ ਮੌਜਾ ਖਲਚੀਆਂ ਦੇ ਵਿੱਚ ਕੈਂਪ ਸੀਗਾ। ਖਲਚੀਆਂ ਉਹ ਫਿਰ ਸਾਨੂੰ ਉੱਥੇ ਲੈ ਗਿਆ, ਸਾਡੇ ਪਿੰਡਾਂ ਮਕਾਨਾਂ ਨੂੰ ਉਹਨਾਂ ਨੇ ਅੱਗ ਲਾ ਦਿੱਤੀ ਸਰਦਾਰਾਂ ਨੇ। ਅਸੀਂ ਇੱਧਰ ਮਾਨਕੋਟ ਵੱਲ ਜਿਹੜਾ ਸੀਗਾ, ਉੱਥੇ ਔਰਤਾਂ ਦੇ ਬੱਚੇ ਸਾਰੇ ਬੈਠੇ ਸਨ, ਉਹ ਫਿਰ ਫੌਜ ਆ ਕੇ ਤੇ ਸਾਨੂੰ ਉਸ ਮੌਜਾ ਖਲਚੀਆਂ ਲੈ ਗਈ। ਉੱਥੇ ਕੈਂਪ ਸੀਗਾ, ਉੱਥੇ ਵੀ ਤਕਰੀਬਨ ਇੱਕ ਮਹੀਨਾ ਤੋਂ ਉੱਤੇ ਹੀ ਕੁਛ ਚੰਦ ਦਿਨ ਰਹੇ ਹਾਂ। ਫਿਰ ਸਾਡਾ ਕਾਫਲਾ ਤਿਆਰ ਹੋਇਆ, ਉਹ ਬਰਾਸਤਾ ਅੰਮ੍ਰਿਤਸਰ ਨਹੀਂ ਲਿਆਏ, ਉਹ ਸਾਨੂੰ ਬਰਾਸਤਾ ਕਸੂਰ ਦੇ ਥਾਣੇ ਜਿਹੜਾ ਸੀ ਗੰਡਾ ਸਿੰਘ ਬਾਰਡਰ ਵਾਲਾ, ਇਸ ਬਾਰਡਰ ਥਾਣੇ ਸਾਨੂੰ ਲਿਆਏ। ਅੱਛਾ ਜੀ। ਹਰਿਆਣਾ ਪੜਾਣਾ ਪਿੰਡ ਪਾਕਿਸਤਾਨ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਆ ਨਾ, ਇਹ ਦੋਵੇਂ ਵੀ ਸਿੱਖਾਂ ਦੇ ਸੀਗੇ, ਤੇ ਇੱਥੇ ਫਿਰ ਮੁਸਲਮਾਨ ਜਿਹੜੇ ਸੀ ਉਹ ਵੀ ਸੀ, ਉਹ ਆਬਾਦ ਹੋਏ ਸੀ। ਉੱਥੇ ਫਿਰ ਅਸੀਂ ਉੱਥੇ ਆਏ, ਉੱਥੇ ਸਾਡੇ ਦਾਦਾ ਸਾਹਿਬ ਨੇ ਫਿਰ ਦੋ ਨਫਲ ਨਮਾਜ਼ ਦੇ ਪੜ੍ਹੇ ਵੀ ਯਾ ਮੌਲਾ ਸ਼ੁਕਰੀਆ, ਅਸੀਂ ਵੀ ਅੱਜ ਹਿਜਰਤ ਕੀਤੀ ਆ ਸਰਕਾਰ ਨਬੀ ਪਾਕ ਦੀ ਜਿਹੜੀ ਆ ਸੁਨਤ ਦਾ। ਠੀਕ ਹੋ ਗਿਆ। ਅੱਛਾ, ਫਿਰ ਉੱਥੇ ਤੁਸੀਂ ਪਿੰਡ 'ਚ ਆ ਕੇ ਸਟੇ ਕੀਤਾ ਕੈਂਪ ਦੇ ਵਿੱਚ? ਹਾਂਜੀ। ਉਹ ਨਹੀਂ ਜੀ, ਉਹ ਖਲਚੀਆਂ 'ਚ, ਹਾਂਜੀ, ਉੱਥੇ ਤੇ ਅਸੀਂ ਮਹੀਨਾ ਸਵਾ ਮਹੀਨਾ ਰਹੇ ਨਾ ਜੀ, ਫਿਰ ਉਹ ਕਾਫਲੇ ਦੀ ਸ਼ਕਲ 'ਚ ਅਸੀਂ ਆ ਗਏ ਨਾ ਪਾਕਿਸਤਾਨ, ਹਰਿਆਣਾ ਪਿੰਡ ਪੜਾਣਾ। ਅੱਛਾ ਜੀ। ਪੜਾਣਾ ਹਰਿਆਣਾ। ਤੇ ਫਿਰ ਉੱਥੇ ਕਿੰਨਾ ਗਰਸਾ ਤੁਸੀਂ ਗੁਜ਼ਾਰਿਆ? ਉੱਥੇ ਅਸੀਂ ਜੀ ਦੋ ਦਿਨ ਰਹੇ ਹਾਂ, ਫਿਰ ਅਸੀਂ ਲਾਹੌਰ, ਸਾਨੂੰ ਗੌਰਮੈਂਟ ਲੈ ਗਈ ਆ ਬੱਸਾਂ, ਉੱਥੋਂ ਸਾਨੂੰ ਉਹਨਾਂ ਨੇ ਮੁਲਤਾਨ ਜਾਣ ਵਾਲੀ ਜਿਹੜੀ ਟ੍ਰੇਨ ਸੀ ਉਹਦੇ ਵਿੱਚ ਬਿਠਾ ਦਿੱਤਾ ਵੀ ਇੱਧਰ ਫੈਸਲਾਬਾਦ ਵੱਲ ਤੇ ਸਾਰਾ ਜਗ੍ਹਾ ਪੂਰੀ ਹੋ ਗਈ ਆ ਤੇ ਤੁਸੀਂ ਹੁਣ ਇੱਧਰ ਮੁਲਤਾਨ ਵੱਲ ਜਾਓ। ਅੱਛਾ, ਇਹ ਪਾਕਿਸਤਾਨ ਬਣਨ ਤੋਂ ਯਾਨੀ ਬਾਅਦ ਦੀ ਗੱਲ ਹੈ ਨਾ, ਵੀ ਜਦੋਂ ਇੱਥੇ ਆ ਗਏ 1947 ਤੋਂ ਬਾਅਦ ਤੁਸੀਂ ਆਏ ਹੋ ਇੱਧਰ? ਅਸੀਂ ਸਤੰਬਰ ਦੇ ਮਹੀਨੇ ਚ ਅਸੀਂ ਆ ਗਏ। ਅੱਛਾ, ਅਗਸਤ ਤੋਂ ਬਾਅਦ ਯਾਨੀ ਕਿ ਅਗਸਤ ਚ ਪਾਕਿਸਤਾਨ ਬਣਿਆ, ਸਤੰਬਰ ਚ ਤੁਸੀਂ ਫਿਰ ਗਏ? ਸਤੰਬਰ ਦੇ ਆਖਰੀ ਦਿਨਾਂ ਚ ਅਸੀਂ ਇੱਥੇ ਪਹੁੰਚੇ ਹਾਂ। ਇੱਥੇ ਫਿਰ ਨੈਬ ਤਹਿਸੀਲਦਾਰ ਸੀ, ਉਹਨਾਂ ਨੇ ਦੋ ਚੱਕ ਹੈਗੇ ਸੀ, ਇੱਕ 88 ਚੱਕ ਸੀਗਾ ਜੀ, ਇੱਕ 90 WP ਹੈ, ਦਰਮਿਆਨ ਚ ਨਹਿਰ ਜਾਂਦੀ ਸੈਮਨਾਰ ਜੀ, ਸੈਮਨਾਰ ਦਾ ਏਰੀਆ ਸਾਰਾ। ਹਾਂਜੀ। ਤੇ ਇੱਥੋਂ ਦਾ ਪਾਣੀ ਕੌੜਾ 88 ਚੱਕ ਦਾ ਤੇ 90 ਦਾ ਮਿੱਠਾ ਪਾਣੀ। ਅੱਛਾ ਜੀ। ਉਹਨਾਂ ਨੇ ਸਾਨੂੰ ਆਖਿਆ ਵੀ ਤੁਸੀਂ ਮਿੱਠਾ ਪਾਣੀ ਪੀਣਾ ਕਿ ਕੌੜਾ। ਮੇਰੇ ਵਾਲਦ ਸਾਹਿਬ ਜਿਹੜੇ ਸੀ ਵੀ ਫੌਜੀ ਰਿਟਾਇਰ ਸੀਗੇ, ਉਹ ਕਹਿਣਗੇ ਯਾਰ ਸਾਨੂੰ 88 ਦੇ ਰਹੇ, ਅਸੀਂ ਕੌੜਾ ਹੀ ਪੀ ਲਿਆ। ਇੱਥੇ ਫਿਰ ਅਸੀਂ ਆਬਾਦ ਹੋ ਗਏ ਜੀ, ਤੇ ਸਾਡੇ ਇੰਡੀਆ ਦਾ ਰਕਬਾ ਜਿਹੜਾ ਸੀ 51 ਦੇ ਵਿੱਚ ਉਹ ਵੀ ਆ ਗਿਆ। ਅੱਛਾ, ਫਿਰ ਉਹ ਵਾਪਸ ਇੱਧਰ ਕਨਵਰਟ ਹੋ ਗਿਆ। ਹਾਂ, ਉਹ ਫਿਰ ਅਸੀਂ 88 WB ਦੇ ਵਿੱਚ 25 ਮੁਰੱਬੇ ਦੇ ਵਿੱਚ ਸਾਡੇ ਕੋਲ ਹੈ ਕੋਈ 1.25 ਏਕੜ ਰਕਬਾ, ਤੇ 13 ਏਕੜ ਰਕਬਾ ਸਾਡੇ ਕੋਲ 40 ਤੇ 39 ਮੁਰੱਬਾ ਜਿਹੜਾ 88 ਦਾ ਇਹਦੇ ਵਿੱਚ। ਅੱਛਾ, ਇਸ ਰਕਬੇ ਚ ਆਪਾਂ ਹੁਣ ਬੈਠੇ ਹਾਂ, ਹੁਣ ਅਸੀਂ 40 ਦੇ 6ਵੇਂ ਕਿਲੇ ਦੇ ਵਿੱਚ ਬੈਠੇ ਹਾਂ। ਅੱਛਾ, 40 ਮੁਰੱਬਾ ਤੇ 6ਵਾਂ ਕਿਲਾ।
ਇੱਥੇ ਮਤਲਬ ਆਪਣੀ ਆਬਾਦੀ ਯਾਨੀ ਕਿ ਠੀਕ ਹੈ। ਇੱਥੇ ਫਿਰ ਤੁਸੀਂ ਮੁਲਤਾਨ ਵਾਸਤੇ ਜਦੋਂ ਉਹਨਾਂ ਨੇ ਭੇਜਿਆ ਫਿਰ ਤੁਸੀਂ ਡਾਇਰੈਕਟ ਮੁਲਤਾਨ ਅੱਗੇ ਚਲੇ ਗਏ। ਹਾਂਜੀ ਮੁਲਤਾਨੋਂ ਫਿਰ ਸਾਨੂੰ ਟਿੱਬੇ ਆਉਣਾ ਪਿਆ ਮੈਂ। ਅੱਛਾ ਫਿਰ ਉੱਥੋਂ ਟਿੱਬੇ ਆਏ ਟਿੱਬੇ ਤੋਂ ਫਿਰ ਸਾਨੂੰ ਜਿਹੜਾ ਨੈਬ ਤਹਿਸੀਲਦਾਰ ਨੇ ਦੱਸਿਆ ਨਾ ਕਿ 88 ਤੇ 90 ਚੱਕ ਇਹਦੇ ਵਿੱਚ ਗੁੰਜਾਇਸ਼ ਹੈ ਤੁਹਾਨੂੰ ਉੱਥੇ ਸੈੱਟ ਕਰ ਦੇ ਉਹਨਾਂ ਨੇ ਸਾਨੂੰ ਇੱਥੇ ਸੈੱਟ ਕਰ ਇਹ ਫਿਰ 88 ਦਾ ਰਕਬਾ ਪਿਆ 88 ਅੰਮ੍ਰਿਤਸਰ ਦੇ ਵੀ ਆ ਲਾਹੌਰ ਦਾ ਜਿਹੜਾ ਕੁਛ ਹਿੱਸਾ ਗਿਆ ਪੱਟੀ ਦਾ ਉੱਥੋਂ ਦੇ ਵੀ ਜੱਟ ਚੌਧਰੀ ਹੈ। ਪੱਟੀ ਕੋਈ ਪਿੰਡ ਹੈ ਕਸਬਾ ਅੱਛਾ ਕਸਬਾ ਸੀ ਇੰਡੀਆ ਦੇ ਵਿੱਚ ਜੀ 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 ਮੈਂ ਸੁਣਿਆ ਅੱਗੇ ਨਾਮ ਅੱਛਾ ਉੱਥੋਂ ਦੇ ਕੁਝ ਜਿਹੜੇ ਜਲੰਧਰ ਦੇ ਰਾਹੀਂ ਵੀ ਆ ਜੀ ਜੀ ਹਾਂਜੀ ਇਸ ਤਰ੍ਹਾਂ ਮੁਖਤਲਿਫ ਅਸੀਂ ਪਿੰਡਾਂ ਦੇ ਲੋਕ ਜਿਹੜੇ ਇੱਥੇ ਆ ਤੇ ਬੜਾ ਵੱਡਾ ਲੰਗਰ ਆ। ਅੱਛਾ ਇਹ ਇਸ ਪਿੰਡ ਦੇ ਵਿੱਚ 88 ਦੇ ਵਿੱਚ ਜਦੋਂ ਤੁਸੀਂ ਆ ਕੇ ਆਬਾਦ ਹੋ ਗਏ ਮਤਲਬ ਆਪਣਾ ਘਰ ਸ਼ਹਿਰ ਬਣਾ ਲਿਆ ਤੇ ਮੋਸਟਲੀ ਜ਼ਿਆਦਾ ਘਰ ਤੇ ਫਿਰ ਕੱਚੇ ਹੀ ਹੋਣੇ ਆ ਨਾ ਉਦੋਂ ਉਹਨਾਂ ਦਾ ਮਕਾਨ ਪੱਕਾ ਸੀ ਘਰ ਦੀ ਖੂਹ ਵੀ ਲੱਗੀ ਤੇ ਉਸੇ ਬਾਜ਼ਾਰ ਤੋਂ ਥੋੜਾ ਜਿਹਾ ਅੱਗੇ ਜਾਈਏ ਨਾ ਤੇ ਘਰ ਤਾਂ ਛੱਡ ਕੇ ਦੂਸਰਾ ਜਿਹੜਾ ਸਾਡੇ ਸਾਥੀ ਦੇ ਵਿੱਚ ਹੈ ਜਲੰਧਰ ਦੇ ਰਹਿਣ ਵਾਲੇ ਇੱਕ ਮਾਸਟਰ ਗੁਲਾਮ ਜਲਾਨੀ ਸਾਹਿਬ ਸੀਗੇ ਇੱਕ ਜਿਹੜਾ ਸੀ ਚੌਧਰੀ ਗੁਲਾਮ ਮੁਹੰਮਦ ਸੀ ਇੱਕ ਉਹਦਾ ਭਾਈ ਸੀ ਅਲੀ ਮੁਹੰਮਦ ਸਾਹਿਬ ਜਲੰਧਰ ਦਾ ਉਹ ਬੈਠੇ ਸੀ ਹੁਣ ਉਹਨਾਂ ਦੇ ਬੱਚੇ ਆ ਪੋਤਰੇ ਆ ਉਹ ਬੈਠੇ ਆ। ਜਿਹੜਾ ਅਬਦੁਲ ਅਜ਼ੀਜ਼ ਸੀ ਹੁਣ ਵੇਚਿਆ ਸੀਗਾ ਉਹ ਮੈਂ ਖਰੀਦ ਲਿਆ ਸੀ ਉਸ ਹਵੇਲੀ ਮਤਲਬ ਹਾਂ ਜੈਲਦਾਰ ਸਾਹਿਬ ਦੀ ਹਵੇਲੀ ਵਿਚੋਂ ਜਿਹੜਾ ਸੀ ਨਾ ਉਹ ਮੈਂ ਚੜ੍ਹਦੇ ਪਾਸੇ ਦਾ ਜਿਹੜਾ ਹਿੱਸਾ ਸੀ ਉਹ ਮੈਂ ਲੈ ਲਿਆ ਸੀ ਚੜ੍ਹਦੇ ਪ੍ਰਾਇਮਰੀ ਸਕੂਲ ਜਿਹੜਾ ਸੀ ਨਾ ਜੀ ਉਹ ਬਣਿਆ ਸੀਗਾ ਤੇ ਮਿਡਲ ਸਕੂਲ ਦੇ ਅੱਠ ਏਕੜ ਰਕਬਾ ਵੀ ਸਰਦਾਰਾਂ ਨੇ ਰੱਖਿਆ ਸੀ ਉਹਦਾ ਸੜਕ ਦੇ ਉੱਤੇ ਤੇ ਇੱਟ ਵੀ ਪਈ ਸੀ ਉਹ ਫਿਰ ਬਾਅਦ ਚ ਇੱਥੇ ਪਾਕਿਸਤਾਨ ਬਣੇ ਤੋਂ ਬਾਅਦ ਬਣਾਇਆ ਗਿਆ ਜਿਹੜਾ ਹੁਣ ਹਾਈ ਸੈਕੰਡਰੀ ਸਕੂਲ ਹੈ ਜਾਂ ਹਾਈ ਸੈਕੰਡਰੀ ਸਕੂਲ ਬਣਿਆ ਮੁਲਤਾਨ ਰੋਡ ਤੇ ਪੰਜਵੀਂ ਜਮਾਤ ਇੱਥੇ 88 ਚ ਪੜ੍ਹੀ ਚੌਧਰੀ ਉਮਰਦੀਨ ਸਾਹਿਬ ਵਾਲਾ ਜਨਰਲ ਸੀਪ ਕਰੇ ਇੰਚਾਰਜ ਹੁੰਦੇ ਸੀ ਤੇ ਬਦਰਦੀਨ ਸਾਹਿਬ ਚੌਧਰੀ ਬਸ਼ੀਰ ਅਹਿਮਦ ਉਹਦਾ ਨਾਂ ਸੀਗਾ ਫਿਰ ਉਹ ਬਸ਼ੀਰ ਅਹਿਮਦ ਦਾ ਪੁੱਤਰ ਜਿਹੜਾ ਉਹ ਮੇਰਾ ਕਲਾਸ ਫੈਲੋ ਸੀਗਾ ਉਹ ਪੁੱਜੇ ਨੇ ਇੱਥੇ ਡਿਪਟੀ ਡਾਇਰੈਕਟਰ ਤਾਲੀਮ ਹੀ ਲਿਆ ਮਹਿਮੂਦ ਅਸਲ
ਠੀਕ ਹੈ ਸਹੀ ਉਹ ਮੁਲਕਾਨਾ ਵਾਲਿਆ ਇੱਥੇ ਫਿਰ ਤੁਸੀਂ ਕਿੰਨੀ ਮਤਲਬ ਪੜ੍ਹਾਈ ਕਿੱਥੋਂ ਤੱਕ ਤੁਸੀਂ ਕੀਤੀ ਮੈਂ ਹੀ ਮੈਟ੍ਰਿਕ ਤੱਕ ਕੀਤੀ ਮੈਟ੍ਰਿਕ ਤੁਸੀਂ ਕਦੋਂ ਕੀਤਾ ਫਿਰ ਇਹ ਮੈਂ ਸਨ ਮੇਰਾ ਖਿਆਲ ਆ 54 ਦੇ ਵਿੱਚ ਵਿਹਾੜੀ ਮਾਡਲ ਹਾਈ ਸਕੂਲ ਮਾਡਲ ਹਾਈ ਸਕੂਲ ਵਿਹਾੜੀ ਜਿਹੜਾ ਹੈ ਉਹ ਯਾਨੀ ਕਿ ਦਿੱਲੀ ਮੁਲਤਾਨ ਰੋਡ ਤੇ ਵਿਹਾੜੀ ਇੱਕ ਜ਼ਿਲ੍ਹਾ ਵਿਹਾੜੀ ਹੈ ਉਸ ਵਿਹਾੜੀ ਦੇ ਵਿੱਚ ਵੀ ਪੁਰਾਣਾ ਸਕੂਲ ਸੀਗਾ ਮਾਡਲ ਹਾਈ ਸਕੂਲ ਉੱਥੋਂ ਬਾਬਾ ਜੀ ਨੇ ਮੈਟ੍ਰਿਕ ਕੀਤੀ ਮੈਂ ਮੈਟ੍ਰਿਕ ਪੜ੍ਹ ਕੇ ਵਿੱਚ ਫੇਲ ਹੋ ਗਿਆ ਸੀਗਾ ਮਿਡਲ ਵਾਲਾ ਨੇ ਅੱਛਾ ਅੱਛਾ ਯਾਨੀ ਕਿ ਮਿਡਲ ਬੇਸ ਤੇ ਤੁਸੀਂ ਪੜ੍ਹਤੀ ਹੋਏ ਹਾਂ ਫਿਰ ਮੈਂ ਜੇਵੀ ਕੀ ਤੇ ਜੇਵੀ ਕਰਕੇ ਤੇ ਫਿਰ ਮੈਂ ਟੀਚਰ ਲੱਗ ਗਿਆ ਇਹ ਜੇਵੀ ਕੀ ਹੁੰਦਾ ਜੀ टीचर हो गया ना प्राइमरी टीचर फिर मैं 88 ਤਕਰੀਬਨ 5 ਸਾਲ ਉਸ ਤੋਂ ਬਾਅਦ ਜਿਹੜਾ ਫਿਰ ਮੈਂ 78 ਤੱਕ ਦੇ ਵਿੱਚ ਵੀ 5 ਸਾਲ ਰਿਹਾ ਤੇ ਜ਼ਿਆਦਾ ਮੇਰੀ ਜਿਹੜੀ ਸਰਵਿਸ ਹੈ 84 ਜਨਵਰੀ ਵੀ ਖਰਲਾ ਵਾਲਾ ਜ਼ਿਆਦਾ ਇੱਥੇ 23-24 ਸਾਲ ਮੈਂ ਇੱਥੇ ਰਿਟਾਇਰਮੈਂਟ ਜੀ ਮੇਰੀ ਬਣਦੀ ਤੇ ਸੀ 97 ਦੇ ਵਿੱਚ ਮੈਂ 94 ਦੇ ਵਿੱਚ ਆਪ ਦਰਖਾਸਤ ਦੇ ਕੇ ਪਾਸ ਹੋ ਗਿਆ ਠੀਕ ਹੋ ਗਿਆ ਮਤਲਬ ਉਸ ਤੋਂ ਬਾਅਦ ਫਿਰ ਆਪਣੇ ਹਾਂ ਜ਼ਿਮੀਦਾਰ ਸੀ ਬੱਚਿਆਂ ਦਾ ਬਸਾਇਦਾ ਆਪਣਾ ਰਕਬਾ ਵਾਲ ਸਾਹਿਬ ਦੇ ਮੈਨੂੰ ਮਿਲਿਆ ਸੀਗਾ ਮੇਰਾ ਗੁਜ਼ਰੋ ਪਾਕ ਹੁੰਦੀ ਸੀ ਆਪਣੇ ਤੁਸੀਂ ਇਕੱਲੇ ਭਾਈ ਹੋ ਜਾਂ ਨਾਲ ਭਾਈ ਵੀ ਹੈ ਸੀ ਨਹੀਂ ਅਸੀਂ 3 ਭਾਈ ਸੀ ਮੇਰੇ ਤੋਂ ਵੱਡਾ ਅਰਸ਼ਦ ਅਲੀ ਸ਼ਾਹ ਸੀ ਉਸ ਤੋਂ ਵੱਡੇ ਦਾ ਨਾਂ ਹਸ਼ਮਤ ਅਲੀ ਸ਼ਾਹ ਸੀ ਜੀ ਜੀ ਠੀਕ ਹੈ ਉਹ ਦੋਵੇਂ ਫੌਤ ਹੋ ਗਏ अगर मतलब याददाश्त उस वेले दी कोई साडे नाल सांझी करनी चाहो भी ओदो ए निजाम हुंदा सी जदों मंड वेले आए कोई कोई भी गल तुहाडी ਹਾਂ ਦੂਜੇ ਵੀ ਕਈ ਸਰਦਾਰ ਆ ਜੀ ਮਸ਼ਹੂਰ ਜਿਹੜਾ ਨਾ ਉਹ ਸਰਦਾਰ ਸੁੰਦਰ ਸਿੰਘ ਸੀਗਾ ਉਹ ਜ਼ੈਲਦਾਰ ਵੀ ਸੀ ਨਾ ਜੀ ਜੀ ਜ਼ੈਲਦਾਰ ਸੀ 4-5 ਪਿੰਡ ਜਿਹੜੇ ਵੀ ਨਾਲ ਸੀਗੇ ਬੜਾ ਕਾਬਲ ਗੱਲਦੇ ਸ਼ਕਤੀ ਜੀ 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 ਉਹਨਾਂ ਦੇ ਬਾਰੇ ਕੋਈ ਸੁਣੀਆਂ ਸੁਣਾਈਆਂ ਗੱਲਾਂ ਵੀ ਉਹ ਕਿਹੋ ਜਿਹੇ ਸੁਣਿਆ ਸੀ ਵੀ ਉਹ ਸਰਦਾਰ ਜਿਹੜਾ ਬੜਾ ਕਾਬਲ ਸੀਗਾ ਤੇ ਉਹ 2 ਬੱਸਾਂ ਨੂੰ ਆਈਆਂ ਸੀ ਜਿਹੜੀਆਂ 88 ਤੋਂ ਲਾਹੌਰ ਜਾਂਦੀਆਂ ਸੀ ਅੱਛਾ 188 ਚੱਕ ਤੋਂ ਲਾਹੌਰ ਜਾਂਦੀਆਂ ਸੀ ਅੱਛਾ ਤੇ ਬੜਾ ਅੱਛਾ ਉਹਨਾਂ ਨੇ ਉਹ ਲੋਕ ਬਣਾਇਆ ਸੀਗਾ ਅੱਛਾ ਬਣਿਆ ਅੱਛੇ ਬੰਦੇ ਉਹਨਾਂ ਦੀ ਤਾਰੀਫ ਕਰਦੇ ਆ ਲੋਕ ਜੀ ਜੀ ਸਰਦਾਰ ਬਹੁਤ ਅੱਛੇ ਬੰਦੇ ਸੀ ਜੀ ਜੀ ਮੇਰੇ ਨਾਲ ਵੀ ਉਹਨਾਂ ਦੇ ਉਹ ਸਰਦਾਰ ਸਾਹਿਬ ਦੇ ਜਿਹੜੇ ਪੋਤੇ ਨੇ ਨਾ ਅੱਛਾ ਉਹਨਾਂ ਦਾ ਨਾਂ ਹੈ ਜੀ ਹਰਬੰਸ ਸਿੰਘ ਜਿਹੜੇ ਆ ਨਾ ਉਹਨਾਂ ਨੇ ਸਰਦਾਰ ਜੀ ਨੇ ਮੇਰੇ ਨਾਲ ਕਾਲ ਕੀਤੀ ਗੱਲ ਕੀਤੀ ਫੋਨ ਤੇ ਸਾਡਾ ਰਾਬਤਾ ਹੋਇਆ ਤੇ ਉਹਨਾਂ ਨੂੰ ਖੁਸ਼ੀ ਹੋਈ ਹੈ ਜਾਣ ਕੇ ਵੀ ਇਹ ਇੱਥੇ ਦੇ ਮਤਲਬ ਰਹਿਣ ਵਾਲੇ ਆ ਤੇ ਇੱਥੋਂ ਮਤਲਬ ਸਾਰੀ ਗੱਲਬਾਤ ਸਾਨੂੰ ਕੋਈ ਹੁਣ ਸਿਰ ਪੈਰ ਲੱਭ ਜਾਏਗਾ ਅਸੀਂ ਵੇਖਣਾ ਚਾਹੁੰਦੇ ਹਾਂ ਆਪਣਾ ਪਿੰਡ ਵੇਖਣਾ ਚਾਹੁੰਦੇ ਹਾਂ ਆਪਣੇ ਉਹ ਪੁਰਖਿਆਂ ਦੀ ਹਵੇਲੀ ਜਿਹੜੀ ਆ ਜਾਂ ਇੱਥੇ ਜਿਵੇਂ ਉਹ ਰਹਿੰਦੇ ਰਹੇ ਨੇ ਉਹ ਵੇਖਣਾ ਚਾਹੁੰਦੇ ਨੇ ਜਰਮਨੀ ਚ ਔਲਾਦ ਉਹਨਾਂ ਦੀ ਜਿਹੜੇ ਫੈਮਿਲੀ ਆ ਸਾਰੀ ਤਕਰੀਬਨ ਉਧਰ ਹੀ ਹੈ ਸੈਟਲ ਨੇ ਯਾਨੀ ਕਿ ਬਾਲ ਬੱਚੇ ਉਹਨਾਂ ਦੇ
बाकी ओ कहंदे वी मैं हुण जिहड़ा वडेरा होया वा चलो मेरी यही एक कमाई जिहड़ी मैं अपने को बुजुर्गां दी कोई याद नहीं जी बहुत अच्छा गुजरिया उन्हां सरदारां दा। हां जी सारी दुनिया सिफत करती है जी जी ते सरदार सुंदर सिंह बहुत अच्छा बंदा सी ते रकबा भी ज्यादा सी ओहदा नंबरदार भी शायद ओही होवे ते जैलदार भी सी जैलदार ते ओह है सी ਜਿਹੜਾ ਉਹਨਾਂ ਦਾ ਵੱਡਾ ਬੇਟਾ ਸੀ ਉਹ ਸਾਡਾ ਕੋਈ ਨੰਬਰਦਾਰ ਉਹਨਾਂ ਦਾ ਭਰਾ ਹੋਵੇ ਬੇਟਾ ਸੀ ਉਹਨਾਂ ਦਾ ਇਹ ਸਰਦਾਰ ਜੀ ਦੱਸਦੇ ਨੇ ਆਪਾਂ ਨੂੰ ਜਿਹੜੇ ਹਰਬੰਸ ਸਿੰਘ ਸਾਹਿਬ ਇਹਨਾਂ ਨੇ ਦੱਸਿਆ ਵੀ ਮੇਰਾ ਦਾਦਾ ਸੀ ਜ਼ੈਲਦਾਰ ਮੇਰਾ ਤਾਇਆ ਸੀ ਚਤਰ ਸਿੰਘ ਉਹ ਸੀ 88 ਚੱਕ ਦਾ ਨੰਬਰਦਾਰ ਤੇ ਸਰਦਾਰ ਕੇਸਰ ਸਿੰਘ ਸੀ ਇਹਨਾਂ ਦਾ ਵਾਲਦ ਉਹ ਸੀ 100 ਚੱਕ ਦਾ ਨੰਬਰਦਾਰ ਸਾਰੀ ਗੱਲ ਬਾਤ ਕਰ ਰਹੇ ਹਾਂ ਜੀ ਜੀ ਉਹ ਸੁਣ ਰਹੇ ਨੇ ਇਸ ਗੱਲ ਬਾਤ ਪਹੁੰਚਾ ਦਿੱਤੀ ਅੱਛਾ ਹਾਂਜੀ ਇਹ ਜਿਹੜੀ ਵੀਡੀਓ ਬਣੀ ਹੈ ਉਹ ਉਹਨਾਂ ਨੂੰ ਭੇਜਾਂਗੇ ਉਹ ਵੇਖਣਗੇ ਸਾਰੀ ਗੱਲ ਬਾਤ ਪਹੁੰਚ ਗਈ ਉਹਨਾਂ ਤੱਕ ਤੇ ਬਾਕੀ ਅਗਰ ਵੀਡੀਓ ਤੋਂ ਬਾਅਦ ਅਗਰ ਤੁਹਾਡਾ ਕੋਈ ਸਵਾਲ ਹੋਵੇ ਤੁਹਾਡੀ ਕੋਈ ਯਾਨੀ ਕਿ ਕੁਛ ਵੀ ਪੁੱਛਣਾ ਦੱਸਣਾ ਹੋਵੇ ਕੋਈ ਗੱਲਬਾਤ ਹੋਵੇ ਜਾਂ ਤੁਸੀਂ ਬਾਬਾ ਜੀ ਨਾਲ ਗੱਲਬਾਤ ਕਰਨੀ ਹੋਵੇ ਤੇ ਮੈਂ ਹਾਜ਼ਰ ਹਾਂ ਮੈਂ ਤੁਹਾਡਾ ਜ਼ਰੂਰ ਸ਼ੌਕ ਰੱਖਦੇ ਆ ਤੇ ਮੈਂ ਰਾਬਤਾ ਰੱਖਾਂਗਾ ਜੀ 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 ਉਹ ਕੱਲ ਕੇ ਆਉਣਾ ਚਾਹੁੰਦੇ ਹੋ ਕਹਿੰਦੇ ਆਉਣਗੇ ਤੇ ਇਨਸ਼ਾਅੱਲਾ ਜੇ ਉਹਦੀ ਰੋਟੀ ਪਾਣੀ ਹੋਈ ਉਹਨੂੰ ਅਨੰਦ ਪਾਣੀ ਜੋ ਨਸੀਬ ਦਾ ਉਹਨਾਂ ਦਾ ਹੋਇਆ ਜਿੱਥੋਂ ਤੱਕ ਹੋ ਸਕਿਆ ਸੇਵਾ ਕਰਾਂਗੇ ਤੁਹਾਡੀ ਜੀ ਤੇ ਅੱਛਾ ਬਾਬਾ ਜੀ ਤੁਸੀਂ ਜਿਹੜੇ ਪਾਰਟੀਸ਼ਨ ਸਟੋਰੀ ਜਿੰਨੇ ਵੀ ਮਤਲਬ ਕੰਮ ਕਰ ਰਹੇ ਨੇ ਹੋਰ ਵੀ ਕਾਫੀ ਚੈਨਲ ਨੇ ਯੂਟਿਊਬ ਤੇ ਲੋਕ ਕਰ ਰਹੇ ਨੇ ਬਲਕਿ ਇੱਥੋਂ ਤੱਕ ਕਈ ਜਿਹੜੇ ਆ ਨਾ ਇਹ ਵੀਡੀਓ ਵੇਖ ਕੇ ਇੱਕ ਦੂਸਰੇ ਨਾਲ ਮਿਲੇ ਵੀ ਨੇ ਵਿਛੜੇ ਹੋਏ ਸੱਜਣ ਵਿਛੜੇ ਹੋਏ ਖਾਨਦਾਨ ਤੇ ਇਸ ਬਾਰੇ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਵੀ ਇਹ ਕੰਮ ਕੈਸਾ ਹੈ ਬਾਕੀ ਇੱਕ ਮੇਰੇ ਦਿਲ ਚ ਹਸਰਤ ਆਉਂਦੀ ਹੈ ਕਦੇ ਕਦੇ ਜੀ ਜੀ ਕਿ ਸਿੱਖ ਭਰਾ ਸਾਡੇ ਨਾਲ ਬੜੇ ਅੱਛੇ ਰਹੇ ਹਾਂਜੀ ਕਿਉਂਕਿ ਉਹਦੇ ਵੀ ਮੀਰਾ ਤੱਕ ਸਹੀਦਾ ਜਿਹੜਾ ਸਾਡਾ ਅਸਲ ਪਿੰਡ ਸੀ ਨਾ ਸਾਡੇ ਨਾਲ ਇਹ ਦੋ ਤਿੰਨ ਪਿੰਡ ਜਿਹੜੇ ਸਰਦਾਰਾਂ ਦੇ ਸੀ ਜੀ ਜੀ ਇੱਕ ਪਲੇਰ ਸੀਗਾ ਇੱਕ ਅਕਾਲਗੜ੍ਹ ਪਿੰਡਾਂ ਦੀ ਜਿੱਥੇ ਪੜ੍ਹਦੇ ਸੀਗੇ ਇੱਕ ਲੋਲਾ ਸੀਗਾ ਉਹ ਮੈਨੂੰ ਨਾ ਯਾਦ ਆ ਉਹਨਾਂ ਦੇਖੀਆਂ ਹਾਂਜੀ ਤੇ ਜੇ ਉਦੋਂ ਥੋੜ੍ਹਾ ਜਿਹਾ ਇੱਕ ਹੋਣਾ ਹੁੰਦਾ ਵੀ ਅਗਰ ਸਰਦਾਰ ਸਾਡੇ ਮੁਸਲਮਾਨਾਂ ਨਾਲ ਰਲ ਜਾਂਦੇ ਨਾ ਤੇ ਹੋ ਸਕਦਾ ਸੀ ਇਹਦਾ ਵੀ ਖਾਲਿਸਤਾਨ ਇਹਨਾਂ ਦਾ ਬਣ ਜਾ ਉਹ ਨਹੀਂ ਬਣ ਸਕਿਆ ਬਾਕੀ ਕਿਉਂਕਿ ਚਲੋ ਉਹ ਤੇ ਹੋ ਗਈ ਨਾ ਇੱਕ ਪੁਰਾਣੀ ਗੱਲ ਮਤਲਬ ਤੁਸੀਂ ਨਾਲ ਰਹੇ ਹੋ ਤੇ ਇੰਨੀ ਸਾਂਝ ਹੈ ਲੇਕਿਨ ਹੁਣ ਮੈਂ ਆਪਣੀ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਮੇਰੇ ਨਾਲ ਕਈ ਸਰਦਾਰ ਗੱਲਬਾਤ ਕਰਦੇ ਨੇ ਉਹਨਾਂ ਨਾਲ ਇੰਨਾ ਸਾਡਾ ਪਿਆਰ ਹੈ ਜੀ ਠੀਕ ਹੈ ਮੁਹੱਬਤ ਹੈ ਹਾਂਜੀ ਕਿਉਂ ਨਹੀਂ ਉਹ ਐਵੇਂ ਲੱਗਦਾ ਜਿਵੇਂ ਆਪਣੇ ਹੋਣ ਯਾਰ ਇੱਕ ਵਿਲੇ ਦੇ ਜੋ ਆ ਹਾਂਜੀ ਇੱਕ ਇੱਕ ਕਹਿ ਲਓ ਵੀ ਇੱਕ ਇਸੇ ਧਰਤੀ ਪੰਜਾਬ ਦੇ ਆ ਜਿਹੜੇ ਅੰਮ੍ਰਿਤਸਰ ਦੀਆਂ ਤਿੰਨ ਧਰਤੀਆਂ ਸੀ ਜੀ ਤਰਨ ਤਾਰਨ ਜੀ ਜੀ ਅਜਨਾਲਾ ਤੇ ਅੰਮ੍ਰਿਤਸਰ ਜਿਹੜੀ ਅੰਮ੍ਰਿਤਸਰ ਤੋਂ ਮੇਜੇ ਨੂੰ ਸੜਕ ਜਾਂਦੀ ਸੀ ਮੇਜਾ ਰੋਡ ਉਹਦੇ ਉੱਤੇ ਸੀ ਸਾਡੇ ਪਿੰਡ ਅਕਾਲਗੜ੍ਹ ਪਈਆਂ ਵੀ ਸੀਗੇ ਤੇ ਸਾਡੇ ਦੋਵਾਂ ਦੇ ਦਰਮਿਆਨ ਦੇ ਵਿੱਚ ਵੀ ਉਹ ਸੜਕ ਜਾਂਦੀ ਠੀਕ ਹੈ ਅੱਛਾ ਉਹ ਜਿਹੜੇ ਆਪਣਾ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸਾਹਿਬ ਯਾਨੀ ਕਿ ਗੋਲਡਨ ਟੈਂਪਲ ਹੈ ਹਾਂਜੀ ਉਹ ਉਸ ਮਸ਼ਹੂਰ ਸਥਾਨ ਯਾਨੀ ਕਿ ਜਿਹੜੀ ਜਗ੍ਹਾ ਹੈ ਪਵਿੱਤਰ ਉੱਥੇ ਕਦੀ ਤੁਹਾਡਾ ਮਤਲਬ ਜਾਣਾ ਹੋਇਆ ਵੇਖੀਏ ਤੁਸੀਂ ਉਹ ਆਪਣੇ ਇੱਥੇ 88 ਤੱਕ ਨਹੀਂ ਉੱਥੇ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ ਕਿ ਉੱਥੇ ਅੰਮ੍ਰਿਤਸਰ ਦੇ ਵਿੱਚ ਕਦੀ ਗਏ ਸੀ ਸ਼ਹਿਰ ਦੇ ਵਿੱਚ
ਨਹੀਂ ਉਦੋਂ ਮੈਂ ਸ਼ਹਿਰ ਚ ਨਹੀਂ ਮਤਲਬ ਤੁਸੀਂ ਨਿੱਕੇ ਹੁੰਦੇ ਸੀਗੇ ਨਹੀਂ ਜਾਂਦੇ ਸੀਗੇ ਤੇ ਫਿਰ ਆਣ ਜਾਣ ਤੁਹਾਡਾ ਕੋਈ ਖਾਣ ਪੀਣ ਦਾ ਸਮਾਨ ਜੇ ਉਹ ਕਿਸ ਤਰ੍ਹਾਂ ਫਿਰ ਤੁਸੀਂ ਲੈਂਦੇ ਸੀ ਪਿੰਡ ਚੋਂ ਹੀ ਨਾ ਹੀ ਤੁਹਾਨੂੰ ਦੱਸਿਆ ਕਿ ਇੱਥੇ ਜਿਹੜਾ ਸ਼੍ਰੀ ਅਕਾਲਗੜ੍ਹ ਪਈਆਂ ਦਾ ਸਕੂਲ ਇਹਦੇ ਵਿੱਚ ਅੰਗਰੇਜ਼ੀ ਨਹੀਂ ਸੀ ਪੜ੍ਹਾਉਂਦੇ ਅੱਛਾ ਉੱਥੇ ਅੰਗਰੇਜ਼ੀ ਨਹੀਂ ਸੀ ਪੜ੍ਹਦੇ ਹਾਂਜੀ ਠੀਕ ਹੈ ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲ ਮਾਦਰਤ ਵੀ ਹੈ ਜਿਹੜਾ ਤੁਹਾਡਾ ਹੁੱਕਾ ਅਸੀਂ ਰੋਕ ਦਿੱਤਾ ਵਿੱਚ ਹੁੱਕਾ ਤੁਸੀਂ ਪੀ ਲੈਂਦੇ ਤੇ ਕਿਉਂਕਿ ਬਾਬੇ ਦੇ ਹੁੱਕੇ ਦੇ ਨਾਲ ਜਿਹੜਾ ਉਹ ਸਾਂਝ ਹੈ ਨਾ ਇਹ ਮੇਰੀ ਆਦਤ ਹੈ ਜੀ ਹੁੱਕਾ ਪੀਣ ਲਈ ਤੁਹਾਨੂੰ ਮੈਂ ਜਿਹੜਾ ਚੱਕਦਾ ਨਾ ਗੁਰਦੁਆਰਾ ਸਰਦਾਰਾ ਵਾਲਾ ਉਹ ਬਿਲਕੁਲ ਮਹਿਫੂਜ਼ ਹਾਲਤ ਦੇ ਵਿੱਚ ਹੈ ਔਰ ਸਹੀ ਕਾਇਮ ਹੈ ਜਨਾਬ ਜਦੋਂ ਤੁਹਾਡਾ ਮੂਡ ਬਣੇ ਦਿਲ ਕਰੇ ਇਧਰ ਨੂੰ ਆਓ ਤੇ ਅਸੀਂ ਜਰੂਰ ਤੁਹਾਨੂੰ ਵੈਲਕਮ ਕਰਦੇ ਹਾਂ ਜੀ ਜਿੱਥੋਂ ਤੱਕ ਹੋ ਸਕਿਆ ਤੁਹਾਡੀ ਬੜੀ ਖੁਸ਼ੀ ਹੋਈ ਮੈਨੂੰ ਇਹ ਬਰਕਤਦਾਰ ਦੀ ਵਜ੍ਹਾ ਦੇ ਤੋਂ ਕਾਫੀ ਸਾਰਾ ਰਾਬਤਾ ਹੋ ਗਿਆ ਤੁਹਾਡੇ ਨਾਲ ਜੀ ਜੀ ਇਹਨਾਂ ਨੇ ਮੈਨੂੰ ਕਾਫੀ ਗੱਲਾਂ ਦੱਸੀਆਂ ਤੁਹਾਡੀਆਂ ਵੀ ਸਾਡੇ ਨਾਲ ਸਵਾਵਾਂ ਲੈ ਕੇ ਮੈਂ ਅਸੀਂ ਛੋਟੇ ਹੁੰਦੇ ਸੀਗੇ ਤੇ ਦਾਦੀ ਦੇ ਨਾਲ ਮਤਲਬ ਦਾਦਾ ਦਾਦੀ ਸਾਡੇ ਰਹੇ ਸੀ ਵਡੇਰੇ ਉਹਨਾਂ ਨਾਲ ਬਹਿਣਾ ਉੱਠਣਾ ਗੱਪਾਂ ਛੱਪਾਂ ਲਾਉਣੀਆਂ ਦਾਦੀ ਕੋਈ ਪੁਰਾਣੀ ਗੱਲਬਾਤ ਸੁਣਾ ਤੇ ਉਹਨਾਂ ਨੇ ਫਿਰ ਸਾਰੀ ਸੁਣਾਉਣੀ ਵੀ ਅਸੀਂ ਏਦਾਂ ਏਦਾਂ ਕਰਕੇ ਆਏ ਸੀ ਇੱਥੇ ਦੇ ਰਹਿਣ ਵਾਲੇ ਸੀ ਮੈਂ ਦੱਸਣਾ ਚਾਹਾਂ ਕਿ ਮੇਰੇ ਦਾਦਾ ਜੀ ਦਾ ਨਾਮ ਮੁਹੰਮਦ ਦੀਨ ਸੀ ਤੇ ਦਬੋਜੀ ਜਿਹੜਾ ਪਿੰਡ ਹੈ ਤਰਨ ਤਾਰਨ ਤਹਿਸੀਲ ਦੇ ਵਿੱਚ ਤਹਿਸੀਲ ਤਰਨ ਤਾਰਨ ਤਹਿਸੀਲ ਤੋਂ ਅੰਬਰਸਰ ਰੋਡ ਤੇ ਜਾਈਏ ਹਾਂਜੀ ਦਬੋਜੀ ਜਿਹੜਾ ਪਿੰਡ ਹੈ ਨਾਲ ਉਹਦੇ ਸਾਹਮਣੇ ਆਪਣੇ ਜਿਹੜਾ ਠੱਠੀ ਖਾਰਾ ਉਹ ਲੱਗੇ ਤੇ ਦਬੋਜੀ ਪਿੰਡ ਦੇ ਅਸੀਂ ਰਹਿਣ ਵਾਲੇ ਸੀ ਉੱਥੋਂ ਫਿਰ ਮਾਈਗ੍ਰੇਟ ਹੋ ਕੇ ਅਸੀਂ ਆਏ ਹਾਂ ਸੌ ਚੱਕ ਦੇ ਵਿੱਚ ਤੇ ਜ਼ਿਲ੍ਹਾ ਵਿਆੜੀ ਤਹਿਸੀਲ ਮਹਿਲ ਸੀ ਮਰਕਜ਼ ਮਿੱਤਰੋ ਤੇ ਇਹ ਸਾਡਾ ਮਤਲਬ ਅਬਾਈ ਪਿੰਡ ਹੋ ਗਿਆ ਕਿਉਂਕਿ ਸਾਡੀ ਅਬਾਈ ਪਿੰਡ ਬਾਕੀ ਅਗਰ ਉਸ ਦਗੁਰਜੀ ਪਿੰਡ ਦਾ ਕੋਈ ਵੇਖਣ ਵਾਲਾ ਹੋਵੇ ਤੇ ਉਹ ਜ਼ਰੂਰ ਰਾਬਤਾ ਕਰੇ ਤਾਂ ਕਿ ਅਸੀਂ ਵੀ ਵੇਖਣਾ ਚਾਹੁੰਦੇ ਹਾਂ ਉਸ ਏਰੀਏ ਦਾ ਆਪਣੇ ਪਿੰਡ ਪਿੰਡ ਨੂੰ ਵੇਖਣਾ ਚਾਹੁੰਦੇ ਹਾਂ ਤੇ ਉੱਥੋਂ ਦੀ ਕੋਈ ਚਲੋ ਸਾਡੀ ਜਿਹੜੀ ਖੁਸ਼ੀ ਹੈ ਘਰ ਹੋਵੇ ਆਬਾਦ ਹੋਵੇ ਓਹਦੇ ਵਿਚ ਇੱਕ ਆ ਕੇ ਬੰਦਾ ਖਲਲ ਪਾਵੇ ਯਾਨੀ ਕਿ ਕੋਈ ਤੋੜ ਭੰਨ ਕਰੇ ਜਾਂ ਕੋਈ ਇਸ ਤਰ੍ਹਾਂ ਕੋਈ ਆਪਸ ਦੇ ਵਿਚ ਭਾਂਡੀਆਂ ਪਾ ਕਰੇ ਤੇ ਉਹ ਬਸ ਹੋਇਆ ਇਸੇ ਤਰ੍ਹਾਂ ਪੰਜਾਬ ਵੰਡਿਆ ਇਸੇ ਤੋਂ ਗਿਆ ਕਿ ਉਹ ਆਪਸ ਦੇ ਵਿੱਚ ਜਿਹੜੀਆਂ ਗਲਤ ਫਹਿਮੀਆਂ ਪੈ ਗਈਆਂ ਤੇ ਬਹਰਾਲ ਚਲੋ ਜੋ ਹੋਇਆ ਸੋ ਹੋਇਆ ਪਾ ਦਿਓ ਮਿੱਟੀ ਕੇ ਉੱਪਰੋਂ ਭਗਤ ਸਿੰਘ ਦੀ ਵੇਖੇ ਤੇ ਟੁੱਟੀਆਂ ਗੰਢੀਆਂ ਹੋਣ ਤੇ ਇਹ ਜਨਾਬ ਪਿਆਰ ਮੁਹੱਬਤ ਦੀ ਸਾਂਝ ਦੀ ਗੱਲਬਾਤ ਹੈ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ ਤੇ ਬਾਬਾ ਜੀ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਇਹਨਾਂ ਨੇ ਟਾਈਮ ਦਿੱਤਾ ਤੇ ਅਸੀਂ ਇੱਥੋਂ ਤੱਕ ਪਹੁੰਚੇ ਤੇ ਸਰਦਾਰ ਜੀ ਜਦੋਂ ਆਉਣਾ ਚਾਹੁਣ ਉਹਨਾਂ ਦਾ ਵੈਲਕਮ ਕਰਦੇ ਹਾਂ ਆਓ ਹੁਣ ਜ਼ਰਾ ਟੂਰ ਕਰੀਏ ਪਿੰਡ ਦਾ।